ਬੇਫਿਕਰ ਕਿਉਂ ਨਾ ਕਰਾਂ ਜਦ ਤੇਰੇ ਵਰਗਾ ਨਿਕੰਮਾ ਮੇਰੇ ਪੱਲੇ ਪੈ ਗਿਆ। ਉਹ ਇੱਕ ਬੰਦਾ ਦੋ ਦੋ ਕੰਮ ਕਿੱਥੋਂ ਕਰ ਲੂ, ਉਹ ਵਿਚਾਰਾ ਖੇਤ ਦਾ ਕਰਦਾ ਗਾ, ਜੇ ਤੂੰ ਕਰ ਲੇਗੀ ਫਿਰ ਕੀ ਕਹਜੇਗੀ? ਉਹ ਤਾਂ ਠੀਕ ਆ, ਮੈਨੂੰ ਐਂ ਦੱਸ ਇੱਥੇ ਲੈਣ ਕੀ ਆਇਆ ਵਾਂ। ਅੱਛਾ, ਉਹ ਤਾਂ ਬੰਟੀ ਸੀਗਾ, ਫਿਰ ਉਹਨੂੰ ਅੰਦਰ ਬੁਲਾ ਲੈਣਾ ਸੀ, ਤੂੰ ਚਾਹ ਪਾਣੀ ਪੀ ਜਾਂਦਾ। ਹਾਂ ਧੀਏ, ਤਾਜ਼ੀ ਸਬਜ਼ੀ ਦਾ ਵੱਖਰਾ ਨਜ਼ਾਰਾ ਗਾ। ਜੀ ਉਹ ਮੈਂ ਤਾਂ ਤੋਰੀਆਂ ਲੈਣ ਆਈ ਸੀ, ਤੁਸੀਂ ਤੋੜ ਕੇ ਦੇ ਦੋਗੇ? ਇਹ ਆ ਸੀ ਕੁੜੀ ਦੀ ਫੋਟੋ। ਮੈਂ ਤੈਨੂੰ ਇੱਕ ਗੱਲ ਕਹੀ ਹੋਈ ਆ, ਜੇ ਤੂੰ ਆਪਦਾ ਘਰ ਵਸਾਉਣਾ ਤਾਂ ਰਿਸ਼ਤਾ ਉੱਥੇ ਹੀ ਹੋਊਗਾ ਜਿੱਥੇ ਮੈਂ ਕਹੂੰਗੀ। ਮੈਂ ਕੀ ਬੋਲਦੇ ਤੂੰ, ਹੈਂ? ਜ਼ਹਿਰ ਦੇ ਇਹਨੂੰ, ਜ਼ਹਿਰ ਦੇ, ਜ਼ਹਿਰ ਦੇ। ਬਾਈ ਆਹ ਯਾਰ, ਬਾਈ ਤੂੰ ਇੱਧਰ ਬੈਠ, ਮਨੋਂ ਨਹੀਂ ਹਟਦੀ ਨੂੰ ਪੰਜਾਬ ਰੇ ਦੇਖ ਕਹਿਤਾ। ਉਹ ਬੈਠ ਬਾਈ ਤੂੰ, ਨਹੀਂ ਉਹ ਬਾਈ ਕੀ ਗੱਲ ਹੋਊ ਯਾਰ, ਕਿਉਂ ਤੂੰ ਭਾਬੀ ਦੇ ਮਾਰੀ ਜਾਂਦਾ? ਇਹਦਾ ਵਿਚਾਰੀ ਦਾ ਕੀ ਕਸੂਰ ਹੈਗਾ? ਕਸੂਰ ਨਹੀਂ ਹੈਗਾ, ਤੇ ਪਤਾ ਤੈਨੂੰ ਕਿੰਨੀ ਸ਼ਰੀਫ ਹੈਗੀ। ਆਹ ਦੇਖ ਲਾ, ਜਿਹਨੂੰ ਇੰਨਾ ਮਾੜਾ ਚੰਗਾ ਬੋਲਦੀ ਹੈ ਨਾ, ਅੱਜ ਤੇਰੀ ਹਿਮਾਇਤ ਕਰਾਉਂਦਾ ਗਾ। ਜੇ ਜ਼ਹਿਰ ਦੇਣ ਦਾ ਇੰਨੀ ਸ਼ੌਂਕ ਆ, ਆਪ ਖਾ ਲਾ ਜ਼ਹਿਰ। ਉਹ ਕਿਉਂ ਭਾਬੀ ਤੁਸੀਂ ਮਾੜੀ ਮਾੜੀ ਗੱਲ ਤੇ ਬੋਲਦੇ ਹੁੰਦੇ ਹੋਗੇ? ਬੇ ਮੈਂ ਕਾਹਨੂੰ ਬੋਲਦੀਆਂ, ਮੈਂ ਕਾਹਨੂੰ ਕਲੇਸ਼ ਪਾਉਂਦੀਆਂ, ਕਲੇਸ਼ ਤਾਂ ਸਾਰਾ ਤੇਰੇ ਵਿਆਹ ਕਰਕੇ ਪੈਂਦਾ। ਉਹ ਪਰ ਯਾਈ, ਜੇ ਤੂੰ ਨਹੀਂ ਚਾਹੁੰਦੀ ਨਾ ਮੈਂ ਵਿਆਹ ਨਾ ਕਰਾਵਾਂ, ਤਾਂ ਮੈਂ ਤਾਂ ਵਿਆਹ ਹੀ ਨਹੀਂ ਕਰਾਉਂਦਾ ਹੈਗਾ। ਉਹ ਬੰਟੀ ਕੀ ਗੱਲ, ਤਾਏ ਨੂੰ ਭੁੱਲ ਗਿਆ, ਬਾਹਰੋਂ ਬਾਹਰੋਂ ਮੁੜ ਗਿਆ? ਉਹ ਆ ਗਿਆ ਤਾਇਆ, ਆ ਗਿਆ। ਉਹ ਤਾਇਆ ਮੈਨੂੰ ਕਾਲੀ ਸੀਗੀ, ਮੈਂ ਦੁੱਧ ਪਾਉਣ ਗਈ ਜਾ ਕੇ ਡੇਰੀ 'ਚ। ਉਹ ਪੁੱਤ ਡੈਰੀ ਕਿਹੜਾ ਭੱਜਣ ਲੱਗੀ ਆ, ਕੋਈ ਨਾ ਤੂੰ ਪਾਈ ਦੁੱਧ, 2 ਮਿੰਟ ਬਹਿ ਜਾ, ਗੱਲਬਾਤ ਕਰ ਲੈ, ਤੇਰੇ ਕਰਕੇ ਮੇਰਾ ਜੀ ਲੱਗ ਜਾਂਦਾ। ਚੱਲ ਹੋਰ ਦੱਸਦਾ ਆ, ਸਿਹਤ ਤਾਂ ਠੀਕ ਰਹਿੰਦੀ ਹੈ? ਸਿਹਤਾਂ ਕਿਹੜੀਆਂ ਪੁੱਤ, ਸਿਹਤ ਤਾਂ ਬਹੁਤ ਖਰਾਬ ਰਹਿੰਦੀ ਆ, ਤਾਂ ਕਰਕੇ ਤਾਂ ਤੇਰੇ ਕੋਲੋਂ ਦੁੱਧ ਲੈਣ ਨਹੀਂ ਆਇਆ ਜਾਂਦਾ ਮੈਥੋਂ। ਉਹ ਚੱਲ ਕਿਉਂ ਤਾਇਆ, ਤੂੰ ਫਿਕਰ ਕਰਦਾ, ਮੈਂ ਹੈਗਾ ਤਾਂ ਹੈਗਾ, ਆਪੀ ਬੜਾ ਜਿਹਾ ਕਰੂੰਗਾ। ਹਾਂ ਉਹ ਤਾਂ ਤੇਰਾ ਪੁੱਤ ਹੈ, ਧੰਨਵਾਦ ਹੈਗਾ, ਤੂੰ ਜਿਉਂਦਾ ਰਹਿ, ਜਵਾਨੀਆਂ ਮਾਣੇ ਪੁੱਤ। ਉਹ ਸੱਚ ਤਾਇਆ, ਮੈਂ ਤੈਨੂੰ ਐਂ ਕਹਿਣਾ ਸੀਗਾ, ਆਹ ਕੁੜੀ ਕੌਣ ਹੈਗੀ, ਪਹਿਲਾਂ ਤਾਂ ਕਦੇ ਦੇਖੀ ਨਹੀਂ ਹੈਗੀ। ਉਹ ਪੁੱਤ ਆਪਣੇ ਰਿਸ਼ਤੇਦਾਰਾਂ ਦੀ ਕੁੜੀ ਆ, ਸ਼ਹਿਰ 'ਚ ਪੜ੍ਹਦੀ ਹੈਗੀ, ਛੁੱਟੀਆਂ ਸੀ, ਆਪਣੇ ਕੋਲ ਆ ਗਈ, ਪਰ ਬਹੁਤ ਸਿਆਣੀ ਆ ਵਿਚਾਰੀ, ਮੇਰੀ ਸਿਹਤ ਦਾ ਬਹੁਤ ਧਿਆਨ ਰੱਖਦੀ ਆ। ਉਹ ਹਾਂ ਤਾਇਆ, ਊਂ ਤਾਂ ਮੈਨੂੰ ਦੱਸਿਆ ਸੀਗਾ ਭਾਬੀ ਨੇ ਵੀ ਕੁੜੀ ਬਹੁਤ ਸਿਆਣੀ ਹੈਗੀ, ਚੱਲ ਨਾਲੇ ਤਾਂ ਇਸ ਬਹਾਨੇ ਤੈਨੂੰ ਵੀ ਸੁੱਖ ਹੋ ਜਾਣਾ, ਤੇਰਾ ਟਾਈਮ ਪਾਸ ਹੋ ਜਾਂਦਾ ਹੈਗਾ। ਹਾਂ ਸਿਆਣੀ ਆ ਪੁੱਤ, ਵਧੀਆ ਸੇਵਾ ਕਰਦੀ ਹੈਗੀ। ਚੱਲ ਠੀਕ ਆ ਤਾਇਆ, ਮੈਂ ਚੱਲਦਾਂਗਾ, ਡੇਅਰੀ 'ਚੋਂ ਲੇਟ ਹੋ ਰਿਹਾ, ਨਾਲੇ ਤਾਂ ਉਹਦੀ ਸਿਹਤ ਦਾ ਧਿਆਨ ਰੱਖਿਆ। ਹਾਂ ਪੁੱਤ ਧੰਨਵਾਦ ਤੇਰਾ, ਚੱਲ ਤੂੰ ਐਂ ਕਰ ਬੰਟੀ, ਅਤੇ ਲੰਘ ਦਾ ਟੱਪ ਦਾ ਚੱਕਰ ਮਾਰਦਾ ਰਿਹਾ ਕਰ, ਮੇਰਾ ਜੀ ਲੱਗਦਾ ਰਹਿੰਦਾ। ਚਲੋ ਠੀਕ ਆ ਪੁੱਤ ਫਿਰ। ਠੀਕ ਆ ਤਾਇਆ। ਠੀਕ ਹੈ ਜੀ, ਕੋਈ ਗੱਲ ਨਹੀਂ। ਲੈ ਆ ਹੁਣ ਕਿਹੜਾ ਆ ਗਿਆ, ਕੰਮ ਵੀ ਨਹੀਂ ਕਰਨ ਦਿੰਦੇ ਹੈਗੇ ਇੱਥੇ ਤਾਂ। ਮੈਂ ਆਉਂਦੀ ਹਾਂ ਭਾਈ, ਕੌਣ ਆ? ਹਾਂਜੀ ਸਤਨਾਮ ਦਾ ਘਰ ਇਹੀ ਹੈ ਜੀ? ਹਾਂਜੀ ਆਹੀ ਹੈ ਸਤਨਾਮ ਦਾ ਘਰ, ਪਰ ਤੁਹਾਨੂੰ ਪਛਾਣਿਆ ਨਹੀਂ। ਮੈਨੂੰ ਗੁਰੀ ਨੇ ਦੱਸ ਭਾਈ ਤੀ ਜੀ।
ਆਪਣਾ ਬੰਟੀ ਦੇ ਰਿਸ਼ਤੇ ਵਾਸਤੇ ਜੀ। ਹਾਂਜੀ ਹਾਂਜੀ, ਕੋਈ ਨਾ ਆ ਜਾਓ, ਬਹਿ ਜਾਓ। ਲੰਘਿਆ ਜਾਂਦਾ ਜੀ, ਮੈਂ ਚਲੋ ਘਰ ਬਾਰ ਦੇਖ ਜੀ। ਹਾਂ ਕੋਈ ਨਾ ਜੀ, ਕੋਈ ਨਾ, ਬਹਿ ਜਾਓ, ਮੈਂ ਪਾਣੀ ਲਿਆਉਂਦੀ ਹਾਂ। ਠੀਕ ਹੈ ਜੀ। ਤੁਸੀਂ ਬੰਟੀ ਤੇ ਕੀ ਲੱਗਦੇ ਜੀ? ਮੈਂ ਉਹਦੀ ਭਾਬੀ ਲੱਗਦੀ ਆ ਜੀ, ਬੱਟੀ। ਠੀਕ ਹੈ ਜੀ। ਹਾਂ ਜੀ ਹਾਂ। ਅੱਛਾ ਜੀ, ਬਸ ਇੱਧਰ ਨੂੰ ਹੀ ਗਿਆ ਹੋਇਆ, ਕੋਈ ਨਾ ਆ ਜਾਂਦਾ। ਉਹ ਦਵਾਈ ਜੀ ਲੈਣ ਗਿਆ ਸੀਗਾ। ਦਵਾਈ ਲੈਣ ਜੀ? ਸਿਹਤ ਤਾਂ ਠੀਕ ਆ ਉਹਦੀ, ਕੀ ਹੋਇਆ ਜੀ? ਬਸ ਕੀ ਦੱਸਾਂ ਜੀ ਤੁਹਾਨੂੰ ਸਿਹਤ ਬਾਰੇ, ਉਹਦੀ ਬਾਰੇ ਜੇ ਮੈਂ ਕੁਛ ਦੱਸਦੀ ਆ ਤਾਂ ਲੋਕ ਕਹਿਣਗੇ ਭਰਜਾਈ ਨੇ ਦਿਓਰ ਦਾ ਰਿਸ਼ਤਾ ਨਹੀਂ ਹੋਣ ਦਿੱਤਾ, ਭਾਨੀ ਮਾਰਤੀ। ਅੱਛਾ ਜੀ। ਮਾਂ ਬਾਪ ਨਹੀਂ ਸੀਗੇ, ਪਰ ਜੇ ਮੈਂ ਨਹੀਂ ਦੱਸਦੀ ਤਾਂ ਮੇਰੇ ਅੰਦਰੋਂ ਆਪ ਹੀ ਨਹੀਂ ਮੈਨੂੰ ਆਤਮਾ ਨੇ ਟਿਕਣ ਦੇਣਾ ਆਪਦੀ ਨੇ, ਵੀ ਭਾਈ ਕਿਸੇ ਦੀ ਕੁੜੀ ਦੀ ਜ਼ਿੰਦਗੀ ਖਰਾਬ ਹੁੰਦੀ ਸੀ ਤਾਂ ਤੂੰ ਦੱਸਿਆ ਕਿਉਂ ਨਹੀਂ? ਭੈਣ ਜੀ ਮੈਂ ਸਮਝਿਆ ਨਹੀਂ ਗਿਆ ਜੀ, ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਤੁਸੀਂ ਖੁੱਲ੍ਹ ਕੇ ਦੱਸੋ ਜੀ, ਸਾਡੀ ਵੀ ਕੁੜੀ ਦੀ ਜ਼ਿੰਦਗੀ ਦਾ ਸਵਾਲ ਆ ਜੀ। ਕੀ ਦੱਸਾਂ ਭਾਈ ਜੀ, ਸਾਡੇ ਮੁੰਡੇ ਨੂੰ ਨਾ ਦੌਰੇ ਜਿਹੇ ਪੈਂਦੇ ਨੇਗੇ, ਕਦੇ ਕਦੇ ਵੱਧ ਹੀ ਪੈ ਜਾਂਦੇ ਨੇ, ਕਦੇ ਕਦੇ ਤਾਂ ਅਸੀਂ ਡਰ ਹੀ ਜਾਂਦੇ ਹਾਂਗੇ। ਠੀਕ ਹੈ ਭੈਣ ਜੀ, ਦੌਰੇ? ਹਾਂਜੀ ਭਾਈ ਜੀ ਦੌਰੇ, ਪਰ ਇਹਦੇ ਵਿੱਚ ਉਹ ਵਿਚਾਰੇ ਦਾ ਕੀ ਕਸੂਰ ਆ? ਭੈਣ ਜੀ ਤੁਹਾਡੇ ਮੁੰਡੇ ਦਾ ਇਹੀ ਕਸੂਰ ਆ, ਉਹਨੇ ਮੈਨੂੰ ਝੂਠ ਬੋਲਿਆ। ਨਾ ਨਾ ਵੀਰ ਜੀ, ਸਾਡੇ ਮੁੰਡੇ ਨੇ ਕੋਈ ਝੂਠ ਨਹੀਂ ਬੋਲਿਆ, ਨਾ ਅਸੀਂ ਬੋਲਿਆ ਕੋਈ ਭਾਈ ਵਿਚੋਲਿਆਂ ਨੂੰ ਝੂਠ। ਇਹ ਤਾਂ ਸਾਰੀ ਉਹਨਾਂ ਦੀ ਕਰਤੂਤ ਆ ਜਿਹੜੇ ਤੁਹਾਡੇ ਵਿਚੋਲੇ ਭੇਜੇ ਹੋਏ ਸੀ। ਨਾ ਨਾ ਭੈਣ ਜੀ, ਅਸੀਂ ਇਹਦੇ ਘਰ ਤੇ ਰਿਸ਼ਤਾ ਕਰਨਾ? ਭਾਈ ਮੇਰੀ ਗੱਲ ਤਾਂ ਸੁਣੋ ਤੁਸੀਂ। ਨਾ ਨਾ ਜੀ ਨਾ, ਅਸੀਂ ਮੇਰੀ ਗੱਲ ਤਾਂ ਸੁਣੋ ਭਾਈ ਜੀ। ਨਾ ਜੀ ਨਾ ਜੀ ਨਾ ਜੀ ਨਾ, ਉਹ ਭਾਈ ਜੀ ਮੇਰੀ ਗੱਲ ਤਾਂ ਸੁਣੋ। ਲੈ ਆਹੀ ਤਾਂ ਮੈਂ ਚਾਹੁੰਦੀ ਸੀਗੀ ਵੀ ਬੰਟੀ ਦਾ ਰਿਸ਼ਤਾ ਟੁੱਟ ਜਾਵੇ। ਟੁੱਟ ਗਿਆ ਰਿਸ਼ਤਾ, ਅੱਜ ਤਾਂ ਮੋਤੀਚੂਰ ਦੇ ਲੱਡੂ ਮੰਗਾ ਕੇ ਖਾਊਂਗੀ, ਨਾਲੇ ਮੇਰੇ ਹੁੰਦੇ ਰਿਸ਼ਤਾ ਹੋ ਜਾਵੇ। ਇਹ ਤਾਂ ਹੋ ਹੀ ਨਹੀਂ ਸਕਦਾ ਕਦੇ, ਮੈਂ ਤਾਂ ਪੱਕੇ ਜੋੜ ਤੋੜ ਦਿੰਦੀ ਹਾਂ, ਪੱਕੇ ਜੋੜ। ਉਹ ਭਾਬੀ, ਉਹ ਭਾਬੀ ਕਿੱਥੇ ਆ ਤੂੰ? ਬੇ ਕੀ ਹੋ ਗਿਆ, ਕੁੱਤੇ ਕੱਤੇ ਨੇ ਤਾਂ ਨਹੀਂ ਵੱਢ ਲਿਆ, ਹੋਰ ਖਰਚਾ ਖੜਾ ਕਰਤਾ ਹੋਵੇ? ਭਾਬੀ ਐਂ ਕਰ, ਰੋਟੀ ਬਣਾ ਕੇ ਨਾ, ਭੁੱਖ ਬਹੁਤ ਲੱਗੀ ਪਈ ਹੈਗੀ। ਤੇ ਮੈਂ ਰੱਬਾ ਮੇਰਿਆ ਮਾਰੀ ਜਾਵਾਂ, ਪਰ ਮੈਂ ਤੇਰੇ ਢਿੱਡ 'ਚ ਕਿਤੇ ਐਂ ਤਾਂ ਦੱਸ ਮੈਨੂੰ, ਕਿਤੇ ਕਤੂਰੇ ਕਤਾਰੇ ਤਾਂ ਨਹੀਂ ਬੈਠੇ ਜਿਹੜੀ ਤੈਨੂੰ ਇੰਨੀ ਭੁੱਖ ਲੱਗਦੀ ਆ? ਉਹ ਲੈ ਭਾਬੀ, ਜੇ ਹੁਣ ਬੰਦਾ ਕੰਮ ਕਰੂਗਾ ਭੁੱਖ ਤਾਂ ਲੱਗੂਗੀ ਉਹ। ਨਾਲੇ ਉੱਥੋਂ ਭਾਬੀ ਭਾਬੀ ਕਰਦਾ ਆਉਣਾ, ਮੈਂ ਪਤਾ ਨਹੀਂ ਕਿਹੜਾ ਚਿੰਬੜ ਗਿਆ ਕੁਛ ਤੈਨੂੰ। ਤੇਰਾ ਬਸ ਚੱਲੇ ਤੂੰ ਗਲੀ 'ਚੋਂ ਹੀ ਬਾਜਾਂ ਮਾਰਦਾ ਆਵੇ, ਕਮਲਿਆ ਅੰਦਰ ਆ ਕੇ ਗੱਲ ਕਰੀਦੀ ਹੁੰਦੀ ਆ। ਐ ਕਰ, ਰੋਟੀ ਅੰਦਰ ਬਣੀ ਪਈ ਆ, ਖਾ ਲਾ ਜਾ ਕੇ। ਪਹਿਲਾਂ ਐ ਦੱਸ, ਡੈਰੀ 'ਚ ਜਾ ਕੇ ਆਇਆ, ਪੈਸੇ ਲੈ ਕੇ ਆਇਆ? ਉਹ ਹਾਂ ਜਾ ਆਇਆ, ਆ ਫੜ। ਕਾਟ ਕੂਟ ਤਾਂ ਨਹੀਂ ਕੱਟੀ ਕੋਈ ਉਹਨਾਂ ਨੇ? ਕੋਈ ਨਹੀਂ ਕੱਟੀ। ਨਾਲੇ ਐ ਕਰ, ਮੈਨੂੰ ਇਹ 'ਚ 500 ਰੁਪਇਆ ਦੇ, ਮੈਂ ਕੱਪੜੇ ਲੈਣੇ ਨੇ, ਕੁੜਤਾ ਪਜਾਮਾ ਲੈਣਾ ਕੰਮ। ਨਾ ਆਖੇ ਮੈਂ ਕੁੜਤਾ ਪਜਾਮਾ ਲੈਣਾ, ਤੂੰ ਘੜੀ ਬਰਾਤ ਚੜਨਾ ਕੁੜਤੇ ਪਜਾਮੇ ਨੂੰ? ਹੁਣ ਕੱਪੜੇ ਤਾਂ ਪਾਉਣੀ ਨੇ ਭਰੀਏ, ਕਮਲਾ ਨਹੀਂ ਬਣੀਦਾ ਹੁੰਦਾ, ਆਪਣੀ ਕਬੀਲਦਾਰੀ ਬਹੁਤ ਭਾਰੀ ਆ। ਤੈਨੂੰ ਪਤਾ ਮੈਂ ਤਾਂ ਹੱਥ ਘੁੱਟ ਕੇ ਖਰਚੇ ਚਲਾਉਂਦੀ ਆ, ਮੈਂ ਤਾਂ ਆਪਦੇ ਸੂਟ ਨਹੀਂ ਲੈਂਦੀ ਹੈਗੀ। ਕੋਈ ਨਾ 6 ਮਹੀਨਿਆਂ ਤੱਕ ਤੈਨੂੰ ਲੈ ਕੇ ਦਊਂਗੀ, ਨਾਲੇ 2 ਕੁੜਤੇ ਪਜਾਮਿਆਂ ਦੇ ਕੱਪੜੇ ਪਏ ਨੇ, ਉਹ ਮੈਂ ਰੇੜੀ ਵਾਲੇ ਭਾਈ ਤੋਂ ਲੈਤੇ ਸੀ, ਉਹ ਤੈਨੂੰ ਸਿਉਂ ਕੇ ਦਊਂਗੀ ਆਪਦੇ ਹੱਥ ਨਾਲ, ਠੀਕ ਆ? 100-100 ਰੁਪਏ ਵਾਲੇ ਸੂਟ ਨੇ ਉਹ, ਇੰਨੇ ਵੀ ਮਾੜੇ ਨਹੀਂ ਹੈਗੇ, ਆਪਾਂ ਵੀ 500 ਦਾ ਕੱਪੜਾ ਮੈਂ ਪਾ ਦਊਂਗੀ। ਆਖੇ 100-100 ਰੁਪਏ ਵਾਲੇ, ਬੇ 100 ਰੁਪਇਆ ਪਤਾ ਕਿੰਨੀ ਮਿਹਨਤ ਨਾਲ ਬਣਦਾ? ਆ ਤੇਰੇ ਦੇਖ ਲੈ ਕਿੰਨਾ ਮਹਿੰਗਾ ਸੂਟ ਪਾਇਆ ਹੋਇਆ ਹੈਗਾ। ਬੇ ਇਹ ਤਾਂ ਸਾਰੇ 250-300 ਰੁਪਏ ਦਾ ਵਾ, ਹੋਰ ਬਾਲਾ ਮਹਿੰਗਾ ਨਹੀਂ? 250-300 ਵਾਲਾ ਕੁੜਤਾ ਜਾਮਾ ਤੇ ਦੇ ਲੈ ਮੈਨੂੰ, 250 ਰੁਪਏ ਦੇ ਚੋ। ਨਾਲੇ ਮੇਰੀ ਗੱਲ ਸੁਣ ਲਾ, ਮੈਂ ਗਰਮੀਆਂ ਵਾਸਤੇ ਤੈਨੂੰ ਉਹ ਸੂਤੀ ਕੱਪੜੇ ਦੀਆਂ ਨਿਕਰਾਂ ਸਿਉਂ ਕੇ ਰੱਖੂੰਗੀ, ਠੀਕ ਆ? ਐ ਦੱਸ ਦੇ ਮੈਨੂੰ ਵੀ ਨਾਲੇ ਪਾਵਾਂ ਕਿ ਲਾਸਟਿਕ? ਤੂੰ ਨਾਲੀ ਪਾ ਦੇ, ਪਲਾਸਟਿਕ ਕਿਹੜਾ ਤੂੰ ਲੈ ਕੇ ਪਾ ਦੇਂਗੀ? ਬੇ ਹੋਰ ਦੱਸ, ਮੈਂ ਕਿਸੇ ਤੋਂ ਕੱਢ ਕੇ ਪਾਉਂਗੀ, ਮੰਗਾਉਂਗੀ ਤੇ ਤੋਂ ਦੁਕਾਨ ਤੋਂ ਲਿਆ ਕੇ ਦੇਈਂ, ਚੰਗਾ? ਤੂੰ ਮੈਨੂੰ ਜਾਂ ਰੋਟੀ ਖਾ ਲੈ। ਮੈਨੂੰ ਨਵੀਂ ਲੈ ਲੂੰਗਾ ਮੈਂ ਬਾਜ਼ਾਰ ਚੋਂ। ਬੇ ਬਾਜ਼ਾਰੂ ਨਹੀਂ ਪਾਈ ਦੀਆਂ ਹੁੰਦੀਆਂ,
ਬਾਜ਼ਾਰੋਂ ਮੁੰਡੇ ਨਹੀਂ ਪਾਉਂਦੇ ਹੁੰਦੇ, ਵਧੀਆ ਨਹੀਂ ਹੁੰਦੀਆਂ ਉਹ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਈ, ਮੈਂ ਤਾਂ ਤੈਨੂੰ ਪਛਾਣਿਆ ਨਹੀਂ, ਕੌਣ ਆ ਤੂੰ? ਜੀ ਮੈਂ ਜਰਨੈਲ ਤਾਇਆ ਜੀ ਦੇ ਘਰੋਂ ਆਈ ਹਾਂ, ਦੁੱਧ ਲੈਣ ਆਈ ਸੀਗੀ। ਅੱਛਾ ਅੱਛਾ, ਉਹ ਕੁੜੀ ਆ ਤੂੰ ਜਿਹੜੀ ਸ਼ਹਿਰ 'ਚ ਪੜ੍ਹਦੀ ਆਂਗੀ? ਹਾਂਜੀ। ਅੱਛਾ ਅੱਛਾ, ਆ ਜਾ ਆ ਜਾ, ਕੋਈ ਨਾ ਮੌਣੀ ਐਵੇਂ ਦੁੱਧ ਆ ਜਾ। ਹੈ ਕਰ ਤੂੰ ਬਹਿ ਜਾ ਮੰਜੇ ਤੇ, ਮੈਂ ਦੁੱਧ ਪਾ ਕੇ ਲਿਆਉਂਦੀ ਹਾਂ। ਹਾਂ ਠੀਕ ਹੈ ਜੀ। ਉਹ ਭਾਬੀ, ਆ ਤਾਜ਼ੀਆਂ ਰੋਟੀਆਂ ਕਿੱਥੇ ਨੇ? ਤਾਂ ਬੇਹੀਆਂ ਨੇਗੀਆਂ। ਵੇ ਖਾ ਲਾ, ਇਹ ਵੀ ਰੋਟੀਆਂ ਹੀ ਨੇ, ਦੱਸ ਬੇਹੀਆਂ ਤਾਜ਼ੀਆਂ ਨੂੰ ਕੀ ਹੁੰਦਾ? ਉਹ ਤੂੰ ਆਟੀ ਦੱਸ ਦੇ ਕਿੱਥੇ, ਮੈਂ ਤਾਂ ਆਪ ਹੀ ਬਣਾ ਲੈਣਾਗਾ। ਅੱਛਾ, ਇਹ ਆਟੇ ਦੀਆਂ ਨਹੀਂ ਹੈਗੀਆਂ? ਵੇ ਖਾ ਲਾ ਖਾ ਲਾ, ਨਹੀਂ ਇਹਨਾਂ ਤੋਂ ਵੀ ਜਾਂਦਾ ਲੱਗੇਗਾ। ਵੇ ਜਾ ਹੁਣ ਤੁਰ ਜਾ ਕੇ ਬਾਜੇ ਵਾਲੇ ਲੈ ਕੇ ਆਵਾਂ। ਖੋਈ ਬੈਠੀ ਆ, ਮੈਨੂੰ ਐ ਦੱਸ, ਤੇਰਾ ਜੀਜੂ ਵਧੀਆ ਲੱਗ ਗਿਆ ਸਾਡੇ ਪਿੰਡ 'ਚ? ਹਾਂਜੀ ਭਾਬੀ ਜੀ, ਤਾਂ ਲੱਗ ਗਿਆ। ਹਾਂ, ਹੋਰ ਤਾਇਆ ਠੀਕ ਆ? ਹਾਂਜੀ ਠੀਕ ਆ। ਭਾਬੀ ਆ ਕੌਣ ਆ, ਸੀਰੀ ਆ ਮੁੰਡਾ? ਨਹੀਂ ਕਾਹਨੂੰ ਸੀਰੀ ਆ, ਮੇਰਾ ਦਿਓਰ ਹੈਗਾ। ਇਹਦੇ ਹੁੰਦੇ ਤਾਂ ਸਾਨੂੰ ਕੰਮ ਦੀ ਭੋਰਾ ਫਿਕਰ ਨਹੀਂ ਹੈਗੀ, ਮੈਨੂੰ ਤਾਂ ਡੱਕੇ ਜਿੰਨੀ ਫਿਕਰ ਨਹੀਂ ਹੈਗੀ। ਕੰਮ ਕਰ ਤਾਂ ਸਾਰਾ ਕਰ ਲੈਂਦਾ ਵਾ, ਪਰ ਇਹਦਾ ਦਿਮਾਗ ਥੋੜ੍ਹਾ ਜਿਹਾ ਇਹੋ ਜਿਹਾ ਹੀ ਹੈਗਾ। ਦੇਖਣ ਨੂੰ ਸੋਹਣਾ ਸੁਨੱਖਾ ਲੱਗਦਾ ਗਾ, ਅਕਲ ਉਕਲ ਨੀ ਹੈਗੀ ਪੂਰਾ। ਅੱਛਾ, ਚੱਲ ਚੰਗਾ ਭਾਬੀ, ਫਿਰ ਮੈਂ ਚੱਲਦੀ ਹਾਂ, ਬਹੁਤ ਟਾਈਮ ਹੋ ਗਿਆ। ਹਾਂ ਚੱਲ ਕੋਈ ਨਾ, ਮੇਰੀ ਗੱਲ ਸੁਣ, ਗੇੜਾ ਗੂੜਾ ਮਾਰਦੀ ਰਿਹਾ ਕਰ। ਹੈਂ ਠੀਕ ਹੈ ਭਾਬੀ। ਹਾਂ ਨਾਲੇ ਮੇਰਾ ਵੀ ਜੀ ਲੱਗਿਆ ਰਿਹਾ ਕਰੂਗਾ। ਠੀਕ ਹੈ ਭਾਬੀ। ਹਾਂ ਚੰਗਾ। ਲੈ ਕਿੰਨੀ ਸੋਹਣੀ ਕੁੜੀ ਆ, ਨਾਲੇ ਪੜ੍ਹੀ ਲਿਖੀ ਵੀ ਹੋਈ ਹੈਗੀ, ਮੇਰੇ ਭਾਈ ਨਾਲ ਤਾਂ ਇਹਦੀ ਐਨ ਵਧੀਆ ਜੋੜੀ ਲੱਗੂਗੀ। ਨਾਲੇ ਐਂ ਕਰੂਗੀ, ਨੌਕਰੀ ਨੁਕਰੀ ਕਰ ਲੂਗੀ, ਘਰੇ ਬੈਠ ਕੇ ਕੀ ਕਰੂਗੀ? ਇੰਨਾ ਪੜ੍ਹ ਕੇ ਜੰਮਦਾ ਘਰੇ ਬਹਿ ਜਾਵੇ, ਉਹਦੇ ਨਾਲ ਧੰਨ ਪੜ੍ਹ ਚੰਗਾ ਵਾ, ਚਾਰ ਪੈਸੇ ਆਇਆ ਕਰਨਗੇ, ਨਾਲੇ ਤੁਰਦੇ ਸੋਹਣੇ ਲੱਗਿਆ ਕਰਨਗੇ। ਕੋਈ ਨਾ, ਕਰਦੀ ਆ ਤਾਏ ਨਾਲ ਮੈਂ ਗੱਲ ਰਿਸ਼ਤੇ ਦੀ। ਬੈ ਬੰਟੀ, ਉਰੇ ਆ ਤੇਰੀ ਬਜਾਵਾ ਘਾਟੀ ਮੈਂ, ਉਰੇ ਆ ਮੜ ਜਾ। ਹੁਣ ਚੋਸ ਲਈ ਰੋਟੀ? ਹਾਂ ਖਾ ਲਈ। ਕਰਾਤੀ ਮੇਰੀ ਬੇਇੱਜ਼ਤੀ, ਸਬਰ ਆ ਗਿਆ ਹੁਣ ਤੈਨੂੰ? ਕਿਉਂ, ਕੀ ਹੋ ਗਿਆ ਬਾਬੀ? ਕੀ ਹੋ ਗਿਆ ਤੈਨੂੰ ਨਹੀਂ ਪਤਾ ਸੀ ਕੁੜੀ ਬੈਠੀ ਆ? ਉਹ ਫਿਰ ਜਦੋਂ ਰੋਟੀਆਂ ਬੇਹੀਆਂ ਦੀ ਮੈਂ ਕੀ ਕਰਾਂ? ਬੈ ਬੇਹੀਆਂ ਨੂੰ ਚਾਰ ਦਿਨ ਬੇਹੀਆਂ ਸੀ, ਰਾਤ ਦੀਆਂ ਤੇ ਰੋਟੀਆਂ ਸੀ। ਦੁਸ਼ਮਣਾਂ ਨਾਲ ਦਾ
ਉਹ ਮੈਂ ਤੁਹਾਨੂੰ ਕਦੋਂ ਦੀਆਂ ਟੱਲੀਆਂ ਮਾਰੀ ਜਾਂਦਾ ਗਾ, ਤੁਸੀਂ ਸੁਣਦੀ ਨਹੀਂ ਹੈਗੇ। ਉਹ ਜੀ ਮੇਰਾ ਧਿਆਨ ਨਹੀਂ ਸੀਗਾ, ਵੈਸੇ ਮੈਂ ਤੁਹਾਡੇ ਨਾਲ ਗੱਲ ਕਰਨੀ ਸੀ ਜੇ ਤੁਸੀਂ ਗੁੱਸਾ ਨਾ ਕਰੋ। ਦੱਸੋ ਕੀ ਗੱਲ ਹੈ? ਤੁਹਾਡੀ ਭਾਬੀ ਨੇ ਅੱਜ ਤੁਹਾਨੂੰ ਬਾਸੀਆਂ ਰੋਟੀਆਂ ਦਿੱਤੀਆਂ, ਹਾਏ ਦੇਖੀ ਮੈਨੂੰ ਤਾਂ ਜਮਾਂ ਹੀ ਚੰਗਾ ਨਹੀਂ ਲੱਗਾ, ਕੋਈ ਘਰ ਦੇ ਮੈਂਬਰਾਂ ਨਾਲ ਵੀ ਇੱਦਾਂ ਕਰਦਾ ਹੁੰਦਾ? ਉਹ ਨਹੀਂ ਜੀ, ਤੁਹਾਨੂੰ ਐਵੇਂ ਲੱਗਿਆ, ਭਾਬੀ ਬੇਸ਼ੱਕ ਮੂੰਹ ਦੀ ਕੌੜੀ ਹੈਗੀ ਪਰ ਦਿਲ ਦੀ ਬਹੁਤ ਸਾਫ਼ ਹੈਗੀ। ਉਹ ਜੀ ਉਹ ਤਾਂ ਮੈਨੂੰ ਪਤਾ ਲੱਗ ਹੀ ਗਿਆ ਕਿ ਤੁਹਾਡੀ ਭਾਬੀ ਦਿਲ ਦੀ ਕਿੰਨੀ ਕੁ ਸਾਫ਼ ਆ, ਨਾਲੇ ਕੋਈ ਆਪਦੇ ਦਿਓਰ ਨੂੰ ਵੀ ਬਾਸੀਆਂ ਰੋਟੀਆਂ ਦਿੰਦਾ ਹੁੰਦਾ। ਬੰਟੀ ਤੂੰ ਭਾਵੇਂ ਜਿੰਨੇ ਮਰਜ਼ੀ ਪੜਦੇ ਪਾਲਾ, ਜੋ ਮੈਂ ਅੱਜ ਦੇਖਣਾ ਸੀ ਮੈਂ ਤਾਂ ਦੇਖ ਹੀ ਲਿਆ। ਉਹ ਗੱਲ ਪੜਦਾ ਪਾਉਣ ਦੀ ਨਹੀਂ ਹੈਗੀ, ਤੈਨੂੰ ਪਤਾ ਤਾਂ ਹੈਗਾ ਭਾਬੀ ਮੇਰੇ ਤੋਂ ਵੱਡੇ ਨੇਗੇ, ਉਹਨਾਂ ਦੀ ਇੱਜ਼ਤ ਕਰਨਾ ਨਾ ਮੇਰਾ ਫਰਜ਼ ਹੈਗਾ, ਨਾਲੇ ਮੈਨੂੰ ਦੋ ਵਕਤ ਦੀ ਰੋਟੀ ਤਾਂ ਮਿਲੀ ਜਾਂਦੀ ਹੈਗੀ, ਭਾਵੇਂ ਬਾਸੀਆਂ ਨੇ ਭਾਵੇਂ ਤਾਜ਼ੀਆਂ ਨੇਗੀਆਂ। ਪਰ ਤੁਹਾਨੂੰ ਉੱਥੇ ਤਾਂ ਬੋਲਣਾ ਚਾਹੀਦਾ ਜਿੱਥੇ ਤੁਹਾਡੀ ਸੈਲਫ ਰਿਸਪੈਕਟ ਦੀ ਗੱਲ ਹੋਵੇ। ਮਤਲਬ? ਮਤਲਬ ਕਿ ਤੁਹਾਨੂੰ ਆਪਣੇ ਹੱਕ ਲਈ ਮਾੜਾ ਮੋਟਾ ਤਾਂ ਬੋਲਣਾ ਚਾਹੀਦਾ, ਤੁਸੀਂ ਵੀ ਸਾਰਾ ਦਿਨ ਬਰਾਬਰ ਮਿਹਨਤ ਕਰਦੇ ਹੋ, ਜੇ ਕੱਲ੍ਹ ਨੂੰ ਤੁਹਾਡਾ ਵਿਆਹ ਹੁੰਦਾ ਵਾ ਅਤੇ ਤੁਹਾਡੀ ਭਾਬੀ ਵਰਗੀ ਆ ਗਈ ਤਾਂ ਤੁਸੀਂ ਉਹਦੀਆਂ ਵੀ ਗੱਲਾਂ ਸੁਣੋਗੇ? ਚਲੋ ਤੁਸੀਂ ਕਾਹਨੂੰ ਟੈਨਸ਼ਨ ਲੈਂਦੇ ਹੋਵੇ, ਚਲੋ ਮੈਂ ਲੇਟ ਹੋ ਰਿਹਾ, ਚੱਲਦਾ ਹੀ ਫਿਰ। ਤੁਹਾਡੀ ਭਾਬੀ ਨੇ ਅੱਜ ਤੁਹਾਨੂੰ ਬਾਸੀਆਂ ਰੋਟੀਆਂ ਦਿੱਤੀਆਂ, ਹਾਏ ਦੇਖੀ ਮੈਨੂੰ ਤਾਂ ਜਮਾਂ ਹੀ ਚੰਗਾ ਨਹੀਂ ਲੱਗਾ, ਕੀ ਤੁਹਾਨੂੰ ਆਪਣੇ ਹੱਕ ਲਈ ਮਾੜਾ ਮੋਟਾ ਤਾਂ ਬੋਲਣਾ ਚਾਹੀਦਾ? ਵੈਸੇ ਮੈਂ ਤੁਹਾਡੇ ਨਾਲ ਗੱਲ ਕਰਨੀ ਸੀ ਜੇ ਤੁਸੀਂ ਗੁੱਸਾ ਨਾ ਕਰੋ। ਬੇ ਕਿੱਥੇ ਖੋਇਆ ਹੋਇਆ? ਉਹ ਕਿਤੇ ਨਹੀਂ ਭਾਬੀ, ਨਾ ਪਾਣੀ ਕਿਵੇਂ ਚੱਲਦਾ ਸੀ ਥੱਲੇ? ਇਹ ਫ੍ਰੀ ਨਹੀਂ ਆਏਗਾ ਆਪਾਂ ਨੂੰ ਬਿੱਲ, ਐਡਾ ਬਿੱਲ ਆਉਂਦਾ ਐਡਾ ਬਿੱਲ, ਅੱਜ ਪਾਣੀ ਡੋਲ ਡੋਲ ਕੇ ਸਾਰੀਆਂ ਨਾਲੀਆਂ ਉੱਤੇ ਦੀ ਕਰ ਦਿੰਨਾ ਵਾ। ਚੱਲ ਕੋਈ ਨਾ, ਕਿੱਥੇ ਖੋਇਆ ਹੋਇਆ ਸੀ, ਕਿਹਦੇ ਖਿਆਲਾਂ ਚ ਮੈਨੂੰ ਐ ਤਾਂ ਦੱਸ ਦੇ। ਕਿਸੇ ਦੇ ਨਹੀਂ ਭਾਬੀ, ਤੈਨੂੰ ਤੂੰ ਹੀ ਲੱਗੀ ਜਾਂਦਾਗਾ। ਨਾ ਲੱਗਦਾ ਕਾਹਨੂੰ ਐਵੇਂ ਮੈਨੂੰ, ਜਿਹੜਾ ਤੇਰੇ ਮੂੰਹ ਤੇ ਨਾ ਹਾਸਾ ਇਹ ਐਵੇਂ ਨਹੀਂ ਹੈਗਾ। ਮੇਰੀ ਗੱਲ ਸੁਣ ਲੈ, ਸਾਰੇ ਕੰਮ ਧੰਦੇ ਨਿਬੇੜ ਕੇ ਧਿਆਨ ਨਾਲ ਉਧਰ ਮੂਹਰੇ ਬਹਿ ਜੀ ਗੇਟ ਤੇ, ਮੈਂ ਜਾ ਕੇ ਆਉਣਾ ਨਾ, ਸੀਬੋ ਕੇ ਬੁੜਾ ਮਰ ਗਿਆ ਸੀਗਾ, ਬੈਠਣ ਜਾਣਾ ਮੈਂ, ਸੁਣ ਗਿਆ? ਕੋਈ ਨਾ ਭਾਬੀ ਜਾਇਆ ਤੂੰ। ਹਾਂ ਨਿਕਲਿਆ ਖਿਆਲਾਂ ਜੋ, ਮੈਨੂੰ ਤਾਂ ਲੱਗਦਾ ਹਜੇ ਵੀ ਡੁੱਬਿਆ ਪਿਆ। ਉਹ ਕਾਹਨੂੰ ਭਾਬੀ ਡੁੱਬਿਆ ਪਿਆ? ਮੈਂ ਜੀ ਬੰਟੀ। ਉਹ ਨਹੀਂ ਜੀ ਰਹਿਣ ਦਿਓ, ਤੁਸੀਂ ਤਾਂ ਸਾਡੇ ਮਹਿਮਾਨ ਹੋ ਗਏ, ਮੈਂ ਤੁਹਾਡੇ ਤੋਂ ਪੈਸੇ ਲੈਣ ਦਾ ਸੋਹਣਾ ਲੱਗਦਾ ਗਾ। ਉਹ ਮੈਂ ਤੁਹਾਨੂੰ ਕਦੋਂ ਦੀਆਂ ਟੱਲੀਆਂ ਮਾਰੀ ਜਾਂਦਾ ਗਾ, ਤੁਸੀਂ ਸੁਣਦੀ ਨਹੀਂ ਹੈਗੇ। ਹਾਏ ਇੱਕ ਤਾਂ ਗਰਮੀ ਬਹੁਤ ਹੋ ਗਈ, ਚੱਲ ਉਹਨਾਂ ਦੇ ਵੀ ਜਾਏ ਆਈ ਪਰੇ ਲਾਂਭਾ ਜਾ ਉਤਰ ਗਿਆ, ਐਂ ਕਰਦੀਆਂ ਲੱਗਦੇ ਹੱਥ ਤਾਏ ਕੇ ਵੀ ਜਾਏ ਆਉਂਦੀਆਂ, ਕਿਹੜਾ ਰੋਜ਼ ਰੋਜ਼ ਘਰੋਂ ਨਿਕਲਿਆ ਜਾਂਦਾ ਗਾ, ਆਪਦੇ ਭਾਈ ਦੇ ਰਿਸ਼ਤੇ ਦੀ ਅਤੇ ਸੀਰਤ ਦੇ ਰਿਸ਼ਤੇ ਦੀ ਗੱਲ ਕਰੇ ਆਉਂਦੀਆਂ, ਕੀ ਪਤਾ ਗੱਲ ਬਣੀ ਜਾਵੇ, ਹੋਰ ਕੀ ਚੰਗੇ ਕੰਮ 'ਚ ਦੇਰੀ ਕਾਹਦੀ ਆ। ਹਾਏ ਮੈਨੂੰ ਬੰਟੀ ਦੀ ਇੰਨੀ ਯਾਦ ਕਾਹਤੋਂ ਆ ਰਹੀ ਆ, ਕਿਤੇ ਮੈਨੂੰ ਸੱਚੀ ਤਾਂ ਨਹੀਂ ਬੰਟੀ ਨਾਲ ਪਿਆਰ ਹੋ ਗਿਆ? ਕੀ ਗੱਲ ਕੁੜੀਏ, ਤੂੰ ਬੰਟੀ ਨੂੰ ਪਸੰਦ ਕਰਦੀ ਆ? ਵੈਸੇ ਮੈਂ ਤੇਰੀ ਸਾਰੀ ਗੱਲ ਸੁਣ ਲਈ, ਡਰਨ ਦੀ ਲੋੜ ਨਹੀਂ, ਪੁੱਤ ਮੈਨੂੰ ਤੇਰੇ 'ਤੇ ਮਾਣ ਹੈ, ਤੂੰ ਬੰਟੀ ਨੂੰ ਪਸੰਦ ਕਰਦੀ ਆ, ਤੂੰ ਫਿਕਰ ਨਾ ਕਰ ਪੁੱਤ, ਮੈਂ ਤੇਰੇ ਰਿਸ਼ਤੇ ਬਾਰੇ ਬੰਟੀ ਦੇ ਘਰਦਿਆਂ ਨਾਲ ਅੱਜ ਹੀ ਗੱਲ ਕਰਦਾ। ਉਹ ਤਾਂ ਗੱਲ ਠੀਕ ਹੈ ਤਾਇਆ ਜੀ, ਪਰ ਮੈਂ ਇਹ ਸੋਚਦੀ ਸੀ ਘਰਦਿਆਂ ਨਾਲ ਗੱਲ ਕਰਨ ਤੋਂ ਪਹਿਲਾਂ ਤੁਸੀਂ ਬੰਟੀ ਨਾਲ ਗੱਲ ਕਰ ਲੈਂਦੇ, ਕੀ ਪਤਾ ਉਹਨੂੰ ਮੈਂ ਪਸੰਦ ਹੋਵਾਂ ਜਾਂ ਨਾ ਹੋਵਾਂ।
ਲੈ ਦੱਸ ਕਮਲੀ, ਤੂੰ ਬੰਟੀ ਨੂੰ ਕਿਉਂ ਨੂੰ ਪਸੰਦ ਆਏਗੀ? ਇੰਨੀ ਸਿਆਣੀ, ਉੱਤੋਂ ਇੰਨੀ ਪੜ੍ਹੀ ਲਿਖੀ, ਉਹ ਬੰਟੂ ਨੂੰ ਤਾਂ ਮੈਂ ਆਪੇ ਮਨਾ ਲੂੰਗਾ। ਤੂੰ ਐਂ ਦੱਸ, ਤੇਰੇ ਘਰਦਿਆਂ ਨਾਲ ਕਦੋਂ ਗੱਲ ਕਰੀਏ? ਜਦੋਂ ਮਰਜ਼ੀ ਕਰ ਲਿਓ ਤਾਇਆ ਜੀ, ਜਿਵੇਂ ਤੁਹਾਨੂੰ ਠੀਕ ਲੱਗੇ। ਮੈਂ ਮਰ ਜਾਂ ਰੱਬਾ, ਮੇਰੇ ਤਾਂ ਸਾਰੇ ਸੁਪਨਿਆਂ 'ਤੇ ਪਾਣੀ ਫਿਰ ਗਿਆ। ਮੈਂ ਤਾਂ ਐਂ ਸੋਚਦੀ ਸੀ, ਇਹਨੂੰ ਆਪਦੀ ਭਰਜਾਈ ਬਣਾਉਂਗੀ, ਆਪਦੇ ਭਾਈ ਦਾ ਘਰ ਵਸਾਉਂਗੀ। ਹੈਂ, ਇਹ ਤਾਂ ਜਰੋ ਇਹਦੀ ਮੇਰੀ ਦਰਾਣੀ ਬਣਨ ਨੂੰ ਫਿਰਦੀ। ਇੱਧਰ ਤਾਂ ਫਿਲਮ ਹੀ ਕੁਛ ਹੋਰ ਚੱਲਦੀ ਆ। ਕੋਈ ਨਾ, ਐਂ ਨਹੀਂ ਚੱਲਣ ਦਿੰਦੀ ਮੈਂ ਫਿਲਮਾਂ ਜਦੋਂ ਤੱਕ ਮੈਂ ਆ ਨਾ। ਐਂ ਕਿਵੇਂ ਬਣ ਜਾਏਗੀ ਤੂੰ ਮੇਰੀ? ਜਿਹੜੇ ਦਰਾਣੀ ਬਣਨ ਦੇ ਸੁਪਨੇ ਦੇਖਦੀ ਆ ਨਾ, ਹੁਣ ਮੈਂ ਤੋੜੂੰਗੀ ਦੇਖੀ ਇਹਨਾਂ ਨੂੰ। ਦੇਖਦੀ ਆ ਤੂੰ ਕਿਵੇਂ ਦਰਾਣੀ ਬਣੇਗੀ ਮੇਰੀ। ਮੇਰੀ ਸੋਚਣ ਮੇਰੀ ਦਰਾਣੀ ਬਣਨ ਨੂੰ ਫਿਰਦੀ ਆ। ਨਹੀਂ, ਮੈਂ ਤਾਂ ਐਂ ਸੋਚਦੀ ਸੀ, ਇੰਨੀ ਸੋਹਣੀ ਸੁਨੱਖੀ ਕੁੜੀ ਜਦ ਮੇਰੇ ਭਾਈ ਨਾਲ ਤੁਰੂਗੀ ਤਾਂ ਸਾਰਾ ਪਿੰਡ ਦੇਖਿਆ ਕਰੂਗਾ ਖੜ ਖੜ ਕੇ। ਪਰ ਇਹਨੇ ਤਾਂ ਮੇਰੇ ਸਾਰੇ ਅਰਮਾਨਾਂ 'ਤੇ ਪਾਣੀ ਹੀ ਫੇਰਤਾ। ਸੱਚੀ ਮੇਰਾ ਤਾਂ ਨਾ ਐਂ ਹੁੰਦਾ, ਦਿਲ ਬੈਠ ਬੈਠ ਜਾਂਦਾ ਵੀ ਕੀ ਕਰਾਂ ਕੀ ਕਰੀ। ਪਰ ਕੋਈ ਨਾ, ਲਾਉਣੀ ਆ ਕੋਈ ਸਕੀਮ। ਐਂ ਨਹੀਂ ਹੋਣ ਦਿੰਦੀ, ਤੇਰਾ ਰਿਸ਼ਤਾ ਸਿਰੇ ਚੜਜੂ ਮੇਰੇ ਹੁੰਦੇ, ਇਹ ਨਹੀਂ ਹੋ ਸਕਦਾ। ਹਾਂ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਹਾਂਜੀ, ਤੁਹਾਨੂੰ ਸਾਡੀ ਵੀਡੀਓ ਕਿਵੇਂ ਲੱਗੀ ਤੇ ਲਾਈਕ ਕਮੈਂਟ ਸ਼ੇਅਰ ਕਰਕੇ ਜ਼ਰੂਰ ਦੱਸਿਆ ਕਰੋ ਤੇ ਚੈਨਲ ਨੂੰ ਕਰੋ ਸਬਸਕ੍ਰਾਈਬ। ਜਿਹਨੇ ਸਾਡੀ ਪਿਛਲੀ ਵੀਡੀਓ ਤੇ ਕਮੈਂਟ ਕਰੇ ਸੀ ਉਹਨਾਂ ਦੇ ਨਾਮ? ਪਹਿਲੇ 15 ਕਮੈਂਟ ਨੇ ਜੀ, ਦੀਪ ਕੌਰ, ਗੁਰਜਸ, ਦਿਲਪ੍ਰੀਤ ਸਿੰਘ ਚੱਠਾ, ਸੰਦੀਪ ਪੰਗਲ, ਅਰੋਹੀ, ਸਵਰਨ ਸਿੰਘ ਚਹਿਲ ਸੁਨਾਮ, ਗੁਰਜਸ ਰੈਕੜ, ਜਰਮਲ ਸਿੰਘ, ਨਿਤੀਸ਼ਾ ਜਿੰਦਲ, ਕੋਮਲ ਖੋਸਾ, ਅਮਨਪ੍ਰੀਤ ਕੌਰ, ਲਕਸ਼ਦੀਪ ਸ਼ਰਮਾ, ਕੌਰ ਸੁਖੀ ਢਿੱਲੋਂ ਅਤੇ ਸੋਨੀ ਮੋਹਣਾ ਸਿੱਧੂ। ਇਹਨੇ ਜੀ ਪਹਿਲੇ 15 ਕਮੈਂਟ। ਤੁਸੀਂ ਵੀ ਇਸ ਵੀਡੀਓ 'ਚ ਸਭ ਤੋਂ ਪਹਿਲਾਂ 15 ਕਮੈਂਟ ਕਰੋ ਤਾਂ ਜੋ ਆਪਾਂ ਅਗਲੀ ਵਿੱਚ ਵੀਡੀਓ 'ਚ ਤੁਹਾਡਾ ਨਾਮ ਬੋਲੀਏ। ਇਹ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਆ ਕਰੋ। ਹਾਂਜੀ, ਧੰਨਵਾਦ ਜੀ।